ਤੁਸੀਂ ਵੇਖ ਰਹੇ ਹੋ ਮੁੱਦੇ ਦੀ ਗੱਲ ਬ੍ਰੇਕ ਤੋਂ ਬਾਅਦ ਮੁੜ ਤੋਂ ਸਵਾਗਤ ਹੈ। ਮੈਂ ਹਾਂ ਸੁਰਿੰਦਰ ਢੱਲਾ। ਗੱਲ ਹੋ ਰਹੀ ਹੈ ਗੁਰਦਾਸਪੁਰ ਜ਼ਿਮਨੀ ਚੋਣ ਦੀ ਕਿ ਕੈਪਟਨ ਬਨਾਮ ਮੋਦੀ ਹੋਏਗਾ ਜਾਂ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਹੀ ਸਿਰਫ ਵਿਚਾਰੀ ਜਾਏਗੀ ਗੁਰਦਾਸਪੁਰ ਦੀ ਜ਼ਿਮਨੀ ਚੋਣ 'ਚ। ਇਸ ਮੁੱਦੇ 'ਤੇ ਅਸੀਂ ਗੱਲ ਕਰ ਰਹੇ ਹਾਂ ਕਿਉਂਕਿ ਇਹ ਮੁੱਦਾ ਬੜਾ ਅਹਿਮ ਬਣ ਗਿਆ। ਪੰਜਾਬ ਸਰਕਾਰ ਕਹਿ ਰਹੀ ਹੈ ਕਿ ਅਸੀਂ ਬੜੀ ਕਾਮਯਾਬੀ ਨਾਲ ਅੱਗੇ ਵੱਧ ਰਹੇ ਹਾਂ, ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਪੰਜਾਬ ਸਰਕਾਰ ਫੇਲ ਹੋਈ ਹੈ, ਅਕਾਲੀ ਦਲ ਕਹਿ ਰਿਹਾ ਕਿ ਪੰਜਾਬ ਸਰਕਾਰ ਫੇਲ ਹੋਈ ਹੈ, ਬੀਜੇਪੀ ਕਹਿ ਰਹੀ ਹੈ ਕਿ ਕਾਂਗਰਸ ਦੀ ਸਰਕਾਰ ਫੇਲ ਹੋਈ ਹੈ। ਸੋ ਹੁਣ ਫੈਸਲਾ ਲੋਕਾਂ ਨੇ ਦੇਣਾ ਹੈ ਕਿ ਕੀ ਸੱਚਮੁੱਚ 5 ਮਹੀਨੇ ਦੇ ਵਿੱਚ ਕਾਂਗਰਸ ਦੀ ਸਰਕਾਰ ਪਾਸ ਹੋਈ ਹੈ, ਕੀ ਨਰਿੰਦਰ ਮੋਦੀ ਦੀ ਸਰਕਾਰ ਪਾਸ ਹੋਈ ਹੈ, ਇਹ ਵੀ ਫੈਸਲਾ ਨਾਲ ਆਉਣਾ, ਜਾਂ ਦੋਵੇਂ ਸਰਕਾਰਾਂ ਫੇਲ ਹੋਈਆਂ ਅਤੇ ਆਮ ਆਦਮੀ ਪਾਰਟੀ ਦਾ ਉੱਥੋਂ ਮੈਂਬਰ ਪਾਰਲੀਮੈਂਟ ਚੁਣਿਆ ਜਾਂਦਾ ਹੈ, ਇਹ ਵੀ ਸਵਾਲ ਵਿੱਚ ਰਹੂਗਾ। ਗੌਤਮ ਜੀ, ਜੇ ਬੀਜੇਪੀ ਜਿੱਤਦੀ ਹੈ ਤਾਂ ਇਹ ਮੰਨਿਆ ਜਾਊਗਾ ਕਿ ਕਾਂਗਰਸ ਨੂੰ ਲੋਕਾਂ ਨੇ ਪਸੰਦ ਨਹੀਂ ਕੀਤਾ, ਅਤੇ ਜੇ ਕਾਂਗਰਸ ਜਿੱਤਦੀ ਹੈ ਤਾਂ ਇਹ ਮੰਨਿਆ ਜਾਊਗਾ ਕਿ ਬੀਜੇਪੀ ਦੀਆਂ ਕੇਂਦਰ ਦੀਆਂ ਨੀਤੀਆਂ ਪੰਜਾਬ 'ਚ ਪ੍ਰਭਾਵੀ ਨਹੀਂ ਹੋਈਆਂ। ਅਤੇ ਤੁਹਾਨੂੰ ਲੱਗਦਾ ਹੈ ਕਿ ਇਹਨਾਂ ਦੋਨਾਂ ਕਰਕੇ ਹੀ ਹਾਰ ਜਿੱਤ ਹੋਣੀ ਹੈ ਜਾਂ ਤੀਜੀ ਧਿਰ ਵੀ ਕੋਈ ਇਹਦੇ 'ਚ ਵੱਖਰਾ ਯੋਗਦਾਨ ਦੇ ਸਕਦੀ ਹੈ ਇਸ ਵਾਰ, ਭਾਵ ਆਮ ਆਦਮੀ ਪਾਰਟੀ ਕੀ ਗੁਰਦਾਸਪੁਰ ਦੀ ਜ਼ਿਮਨੀ ਚੋਣ 'ਚ ਮੁਕਾਬਲਾ ਕਰ ਸਕਦੀ ਹੈ? ਗੱਲ ਇਹ ਆ ਵੀ ਦੇਸ਼ ਦੀ ਜੇ ਅਸੀਂ ਮੌਜੂਦਾ ਸਥਿਤੀਆਂ ਦੇਖੀਏ ਤਾਂ ਬੀਜੇਪੀ ਦਾ ਇਹ ਰਿਹਾ ਹੈ ਕਿ ਉਹ ਖਾਸ ਕਰ ਨਰਿੰਦਰ ਮੋਦੀ ਜਾਂ ਅਮਿਤ ਸ਼ਾਹ ਜਿਹੜੇ ਕੌਮੀ ਪ੍ਰਧਾਨ ਹੈਗੇ ਆ ਬੀਜੇਪੀ ਦੇ, ਕਿ ਜਿੱਥੇ ਵੀ ਚੋਣ ਹੋਵੇ ਉੱਥੇ ਕਿਸੇ ਨਾ ਕਿਸੇ ਤਰ੍ਹਾਂ ਆਪਾਂ ਜਿੱਤੀਏ। ਲੇਕਿਨ ਜਿੱਥੇ ਤੱਕ ਪੰਜਾਬ ਦੀ ਗੱਲ ਹੈ, ਮੈਨੂੰ ਇਹ ਜਾਪਦਾ ਹੈ ਵੀ ਹਾਲੇ ਕੋਈ ਇਸ ਤਰ੍ਹਾਂ ਦੀ ਕੋਈ ਇੱਦਾਂ ਦੀ ਸਰਗਰਮੀ ਸੈਂਟਰ ਲੈਵਲ ਤੋਂ ਹਾਲੇ ਪੰਜਾਬ ਦੇ ਜ਼ਿਮਨੀ ਚੋਣ ਪ੍ਰਤੀ ਨਹੀਂ ਦਿਖਾਈ ਗਈ ਹੈ। ਚਾਹੇ ਸਟੇਟ ਨੇ ਆਪਣੇ ਗਤੀਵਿਧੀਆਂ ਸ਼ੁਰੂ ਕਰਤੀਆਂ, ਲੇਕਿਨ ਉਹ ਜਿਹਾ ਇੱਕ ਸੰਕੇਤ ਨਹੀਂ ਦਿੱਤਾ ਜਾ ਰਿਹਾ ਵੀ ਇਹ ਨਰਿੰਦਰ ਮੋਦੀ ਬਨਾਮ ਕੈਪਟਨ ਅਮਰਿੰਦਰ ਸਿੰਘ ਦੀ ਚੋਣ ਹੈਗੀ ਹੈ। ਕਿਉਂਕਿ ਜਿਹੜਾ ਨਰਿੰਦਰ ਮੋਦੀ ਹੈ ਉਹ ਦੇਸ਼ ਦੇ ਮੁੱਦਿਆਂ 'ਤੇ ਗੱਲ ਕਰਦੇ ਆ, ਦੇਸ਼ ਦੀ ਗੱਲ ਕਰਦੇ ਆ, ਸਟੇਟ ਦੀ ਰਾਜਨੀਤੀ ਔਰ ਖਾਸ ਕਰਕੇ ਉਪ ਚੋਣ ਨੂੰ ਲੈ ਕੇ ਉਹਨਾਂ ਦੀ ਕੋਈ ਐਡੀ ਦਿਲਚਸਪੀ ਜਿਹੜੀ ਹੈ ਉਹ ਇੰਨੀ ਮਾਇਨੇ ਨਹੀਂ ਰੱਖਦੀ ਉਹਨਾਂ ਲਈ। ਹਾਂ, ਲੇਕਿਨ ਬੀਜੇਪੀ ਪੰਜਾਬ ਦੇ ਪ੍ਰਧਾਨ ਜਿਹੜੇ ਵਿਜੇ ਸਾਪਲਾ ਉਹਨਾਂ ਲਈ ਇਹ ਬੜਾ ਮਾਇਨੇ ਰੱਖਦਾ, ਪਰ ਬੀਜੇਪੀ ਲਈ ਇਸ ਵੀ ਮਾਇਨੇ ਰੱਖਦੀ ਹੈ ਕਿਉਂਕਿ ਬੀਜੇਪੀ ਨੇ ਆਉਣ ਵਾਲੇ ਸਮੇਂ 'ਚ ਵਿਧਾਨ ਸਭਾ ਚੋਣਾਂ ਲੜਨੀਆਂ, ਬਿਲਕੁਲ ਲੜਨੀਆਂ। ਗੁਰਦਾਸਪੁਰ ਦੀਆਂ 9 ਚੋਂ 7 ਸੀਟਾਂ ਐਤਕੀ ਕਾਂਗਰਸ ਨੇ ਜਿੱਤੀਆਂ। ਜੀ ਬਿਲਕੁਲ, ਉਹੀ ਸਟੇਟ ਦੀ ਵੀ ਬੜੀ ਜ਼ਿੰਮੇਵਾਰੀ ਬਣਦੀ ਹੈ ਸਟੇਟ ਦਾ, ਕਿਉਂਕਿ ਇਹ ਸੀਟ ਜਿਹੜੀ ਹੈ ਇਹ ਬੀਜੇਪੀ ਕੋਲ ਸੀਗੀ ਪਿਛਲੇ ਲੰਬੇ ਟਾਈਮ ਤੋਂ ਉਹਨਾਂ ਦੇ ਜਿੱਤਦੇ ਆ ਰਹੇ ਵਿਨੋਦ ਖੰਨਾ ਉੱਤੇ, ਅਤੇ ਹੁਣ ਜਿਹੜੀ ਹੈ ਉਹ ਕਵਿਤਾ ਖੰਨਾ ਹੁਣ ਜਾਂ ਚਾਹੇ ਕੋਈ ਹੋਰ ਉਮੀਦਵਾਰ ਉਹਨਾਂ ਦਾ ਇਹੀ ਹੋਊਗਾ ਵੀ ਇਹ ਸੀਟ ਜਿਹੜੀ ਹੈ ਇਹ ਕਾਂਗਰਸ ਦੇ ਖਾਤੇ 'ਚ ਨਾ ਜਾਵੇ, ਇਹ ਬੀਜੇਪੀ ਦੇ ਹੱਕ 'ਚ ਹੀ ਰਹੇ। ਲੇਕਿਨ ਇਹਦੇ ਬਾਵਜੂਦ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੈ ਉਹਨਾਂ ਦਾ ਇਹ ਆ ਵੀ ਇਹ ਜਿਹੜੀ ਕਾਂਗਰਸ ਪਾਰਟੀ ਸਰਕਾਰ ਆਈ ਹੈ 5 ਮਹੀਨੇ ਹੋਏ ਆ ਅਤੇ ਲੋਕਾਂ ਨੇ ਮੁਲਾਂਕਣ ਕਰਨਾ, ਉਹ ਤੋਂ ਬਾਅਦ ਲੋਕਲ ਬੋਡੀ ਦੀਆਂ ਚੋਣਾਂ ਪੰਜਾਬ 'ਚ ਹੈਗੀਆਂ, 5 ਆਪਣੇ ਲੁਧਿਆਣੇ ਦੇ 'ਚ ਗਈ, ਬਠਿੰਡੇ 'ਚ ਗਈ, ਪਟਿਆਲੇ 'ਚ ਹੈ ਅਤੇ ਅੰਮ੍ਰਿਤਸਰ 'ਚ ਹੈ, ਜਲੰਧਰ 'ਚ ਹੈ, ਅਤੇ ਕਿਤੇ ਨਾ ਕਿਤੇ ਇਹ ਚੀਜ਼ ਦਾ ਸੰਕੇਤ ਜਾਊਗਾ ਕਿ ਇਹ ਚੋਣਾਂ ਜਿਹੜੀਆਂ ਹੈ ਕਿਸੇ ਹਰ ਹਾਲ 'ਚ ਜਿਹੜੀ ਜ਼ਿਮਨੀ ਚੋਣ ਹੈ ਇਹ ਜਿੱਤੀ ਜਾਵੇ। ਆਮ ਤੌਰ 'ਤੇ ਸਰਕਾਰ ਦਾ ਇਹ ਹੁੰਦਾ ਵੀ ਇਹ ਜਿਹੜੀ ਸਰਕਾਰੀ ਮਸ਼ੀਨਰੀ ਸਾਰੀ ਉੱਥੇ ਬਿਠਾ ਕੇ ਜਿਹੜੀ ਆਸਾਨੀ ਨਾਲ ਜਿੱਤ ਲਈ ਜਾਂਦੀ ਹੈ, ਲੇਕਿਨ ਇਸ ਵਾਰ ਇਸ ਤਰ੍ਹਾਂ ਜਿਹੜਾ ਨਹੀਂ ਹੈ। ਕਿਉਂਕਿ ਜਿਹੜਾ ਤੀਜੀ ਧਿਰ ਆਮ ਆਦਮੀ ਪਾਰਟੀ ਤੁਸੀਂ ਗੱਲ ਕੀਤੀ ਹੈ ਉਹ ਵੀ ਕਿਤੇ ਨਾ ਕਿਤੇ ਮੈਦਾਨ 'ਚ ਦਿਖ ਰਹੀ ਹੈ, ਲੇਕਿਨ ਆਮ ਆਦਮੀ ਪਾਰਟੀ ਦਾ ਹਾਲੇ ਕੋਈ ਸਿੱਧੇ ਤੌਰ 'ਤੇ ਉਹਨਾਂ ਨੇ ਆਪਣੀ ਸਰਗਰਮੀ ਜਿਹੜੀ ਹੈ ਸ਼ੁਰੂ ਨਹੀਂ ਕੀਤੀ ਹੈ। ਮੈਂ ਸਿੱਧਾ ਉਸ ਪਾਸੇ ਜਾਊਂਗਾ, ਅਗਰ ਸੁੱਚਾ ਸਿੰਘ ਛੋਟਾਪੁਰ ਹੁੰਦੇ ਤਾਂ ਗੁਰਦਾਸਪੁਰ ਤੋਂ ਉਹਨਾਂ ਨੂੰ ਵੀ ਚੋਣ ਲੜਾਈ ਜਾ ਸਕਦੀ ਸੀ, ਜੇ ਗੁਰਪ੍ਰੀਤ ਘੁੱਗੀ ਹੁੰਦੇ ਉਹਨਾਂ ਨੂੰ ਵੀ ਚੋਣ ਲੜਾਈ ਜਾ ਸਕਦੀ ਸੀ। ਉਹ ਸਾਰੇ ਲੋਕ ਹੁਣ ਆਮ ਆਦਮੀ ਪਾਰਟੀ ਤੋਂ ਵੱਖਰੇ ਨੇ। ਆਮ ਆਦਮੀ ਪਾਰਟੀ 'ਚ ਕਿਹੜਾ ਚਿਹਰਾ ਇਸ ਵਕਤ ਆ ਸਕਦਾ ਹੈ? ਸੁਖਪਾਲ ਸਿੰਘ ਖਹਿਰਾ ਵੱਡਾ ਚਿਹਰਾ ਨੇ, ਹੁਣ ਵਿਰੋਧੀ ਧਿਰ ਦੇ ਆਗੂ ਵੀ ਨੇ। ਸੁਖਪਾਲ ਖਹਿਰੇ ਦੀ ਅਗਵਾਈ ਤੋਂ ਬਾਅਦ ਤੁਹਾਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਗੁਰਦਾਸਪੁਰ ਦੇ ਵਿੱਚ ਮਜ਼ਬੂਤ ਉਮੀਦਵਾਰ ਅਤੇ ਮਜ਼ਬੂਤ ਮੁਕਾਬਲੇ 'ਚ ਉੱਤਰ ਸਕਦੀ ਹੈ ਅੱਜ ਦੇ ਸਮੀਕਰਨਾਂ ਦੇ ਵਿੱਚ, ਜਦੋਂ ਇਹ ਇਲਜ਼ਾਮ ਲੱਗ ਰਹੇ ਨੇ, ਜਦੋਂ ਆਮ ਆਦਮੀ ਪਾਰਟੀ ਦੇ ਆਗੂ ਵੀ ਹਰ ਜਗ੍ਹਾ ਇਹ ਇਲਜ਼ਾਮ ਲਾਉਂਦੇ ਨੇ ਕਿ ਅਕਾਲੀ ਅਤੇ ਕਾਂਗਰਸੀ ਮਿਲੇ ਹੋਏ ਨੇ, ਆਮ ਲੋਕਾਂ 'ਚ ਜੇ ਇਹ ਸੁਨੇਹਾ ਚੱਲਿਆ ਗਿਆ ਕਿ ਅਕਾਲੀ ਅਤੇ ਕਾਂਗਰਸੀ ਮਿਲੇ ਹੋਏ ਨੇ ਤਾਂ ਫਿਰ ਆਮ ਆਦਮੀ ਪਾਰਟੀ ਦੀ ਗੱਲ ਬਣ ਸਕਦੀ ਹੈ। ਪਰ ਕੀ ਆ ਸੁਨੇਹਾ ਜਿਹੜਾ ਇਹ ਜ਼ਮੀਨ 'ਤੇ ਪ੍ਰਭਾਵ ਛੱਡਣ ਦੀ ਸਥਿਤੀ 'ਚ ਹੈ? ਦੇਖੋ, ਇਸ ਵੇਲੇ ਜੇ ਅਸੀਂ ਦੇਖੀਏ ਆਮ ਆਦਮੀ ਪਾਰਟੀ ਦੀ ਜਿਹੜੀ ਸਥਿਤੀ ਹੈ ਉਹ ਪੰਜਾਬ ਦੇ ਛੱਲੇ ਜਿਸ ਤਰ੍ਹਾਂ ਚੋਣਾਂ ਤੋਂ ਪਹਿਲਾਂ ਸੀ ਉਸ ਤਰ੍ਹਾਂ ਜਿਹੜਾ ਚਿਹਰਾ ਨਹੀਂ ਰਿਹਾ ਹੈਗਾ, ਅਤੇ ਚਿਹਰੇ ਜਿਹੜੇ ਉੱਥੇ ਬਦਲ ਚੁੱਕੇ ਹੈ। ਹਾਲਾਂਕਿ ਜਿਹੜੀ ਇਸ ਜਿਹੜੀ ਕਾਨਫਰੰਸਾਂ ਪਿੱਛੇ ਹੋਈਆਂ ਉੱਥੇ ਇਹਨਾਂ ਨੇ ਇੱਕ ਜੁੜਤਾ ਭਗਵੰਤ ਮਾਨ ਅਤੇ ਸੁਖਪਾਲ ਖਹਿਰਾ ਨੇ ਆਪਣੀ ਦਿਖਾਈ ਹੈ, ਅਤੇ HS ਫੁਲਕਾ ਨੇ ਵੀ ਆਪਣੇ ਜਿਹੜਾ ਕੀਤਾ, ਲੇਕਿਨ ਹਾਲੇ ਵੀ ਜਿਹੜਾ ਇਹਨਾਂ ਦੇ ਸਟੇਟ ਲੀਡਰਸ਼ਿਪ ਹੈ ਉਹ ਇੱਕ ਮੰਚ 'ਤੇ ਨਹੀਂ ਆ ਰਹੀ ਹੈਗੀ ਹੈ। ਕਿਉਂਕਿ ਸੈਂਟਰ ਦੇ ਜਿਹੜੇ ਇਹਨਾਂ ਦਾ ਜਿਹੜੇ ਵਰਕਰ ਲੈਵਲ ਦਾ ਵਲੰਟੀਅਰ ਹੈ ਇਹਨਾਂ ਦਾ ਕਹਿਣਾ ਵੀ ਸੈਂਟਰ ਦਾ ਦਖਲ ਹਾਲੇ ਵੀ ਕਿਤੇ ਨਾ ਕਿਤੇ ਜਿਹੜਾ ਆਮ ਆਦਮੀ ਪਾਰਟੀ ਦਿਖ ਰਿਹਾ, ਜਦ ਤੱਕ ਇਹ ਪੂਰੀ ਤਰ੍ਹਾਂ ਜਿਹੜੇ ਇੱਕਜੁੱਟਤਾ ਨਹੀਂ ਆਉਂਦੀ ਤਦ ਤੱਕ ਉਸ ਵੱਲ ਨੂੰ ਹਾਲੇ ਮੈਨੂੰ ਲੱਗਦਾ ਇਹ ਚੱਲਣਗੇ। ਅਤੇ ਗੁਰਦਾਸਪੁਰ ਦੀ ਜਿਹੜੀ ਜ਼ਿਮਨੀ ਚੋਣ ਹੈ ਇਸ ਮੁੱਦੇ 'ਤੇ ਵੀ ਹਾਲੇ ਜਿਹੜਾ ਆਮ ਆਦਮੀ ਪਾਰਟੀ ਦੀ ਕੋਈ ਸਥਿਤੀ ਕੋਈ ਸਿੱਧੇ ਤੌਰ 'ਤੇ ਸਪਸ਼ਟ ਨਹੀਂ ਹੋਈਗੀ। ਇਸੇ ਕਰਕੇ ਮੈਨੂੰ ਨਹੀਂ ਲੱਗਦਾ ਕਿ ਹਾਲੇ ਆਮ ਆਦਮੀ ਪਾਰਟੀ ਲਈ ਉਨਾ ਆਸਾਨ ਹੈ
ਵੀ ਜਿਸ ਤਰ੍ਹਾਂ ਕਿ ਉਹ ਪਹਿਲਾਂ ਜਿਹੜੀਆਂ ਚੋਣਾਂ ਜਿੱਤੀਆਂ ਗਈਆਂ ਸੀ ਪੰਜਾਬ ਦੇ ਵਿੱਚ ਇੱਕ ਮਾਰਕਾ ਕੀਤਾ ਸੀ, ਪੂਰੇ ਦੇਸ਼ ਦੇ ਵਿੱਚ ਉਹਦੀ ਇੱਕ ਗਏ ਸੀ ਸੰਦੇਸ਼ ਗਿਆ ਸੀ ਵੀ ਪੰਜਾਬ 'ਚ ਆਮ ਆਦਮੀ ਪਾਰਟੀ ਦਾ ਇੱਕ MP ਚੋਣਾਂ ਦੇ ਵਿੱਚ ਇੱਕ ਪ੍ਰਭਾਵ ਪਿਆ, ਲੇਕਿਨ ਇਸ ਵੇਲੇ ਉਹ ਸਥਿਤੀ ਨਹੀਂ ਹੈਗੀ। ਚਾਹੇ ਸੁਖਪਾਲ ਖਹਿਰਾ ਸੰਯੋਜਕ ਗਿਆ, ਉਹ ਬੜੀ ਮਿਹਨਤ ਕਰਨੀ ਪਊਗੀ ਕਿਉਂਕਿ ਇਹ ਜਿਹੜਾ ਸਰਹੱਦੀ ਖੇਤਰ ਹੈ। ਮਿਹਨਤ ਤਾਂ ਕਰਨੀ ਪਊਗੀ, ਪਰ ਮੈਂ ਇਹ ਜਾਣਨਾ ਚਾਹੁੰਦਾ ਕਿ ਵਿਰੋਧੀ ਧਿਰ, ਮੁੱਖ ਵਿਰੋਧੀ ਧਿਰ ਹੈ ਆਮ ਆਦਮੀ ਪਾਰਟੀ, 4 ਮੈਂਬਰ ਪਾਰਲੀਮੈਂਟ ਵੀ ਸੀ, 2 ਨਾਰਾਜ਼ ਨੇ, ਚਲੋ 2 ਪਾਰਟੀ ਦੇ ਵਿੱਚ ਨੇ। ਆਮ ਆਦਮੀ ਪਾਰਟੀ ਦੇ 4 ਮੈਂਬਰ ਪਾਰਲੀਮੈਂਟ ਸੀ ਔਰ 20 ਤੋਂ ਜ਼ਿਆਦਾ 20 ਵਿਧਾਇਕ ਬਣ ਗਏ ਨੇ। ਮੁੱਖ ਵਿਰੋਧੀ ਧਿਰ 'ਚ ਆਮ ਆਦਮੀ ਪਾਰਟੀ ਬੈਠੀ ਹੈ। ਅਜਿਹੀ ਸਥਿਤੀ 'ਚ ਵੀ ਤੁਹਾਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਕਮਜ਼ੋਰ ਧਿਰ ਹੈ? ਗੌਤਮ ਜੀ, ਕਮਜ਼ੋਰ ਧਿਰ ਨਹੀਂ ਹੈਗੀ, ਲੇਕਿਨ ਜਿਹੜੀ ਇਹਨਾਂ ਦੇ ਇਕਜੁੱਟਤਾ ਦੀ ਕਮੀ ਹੋਈ ਪਈ ਹੈ। ਜਿਹੜੇ ਸਟੇਟ ਦੇ ਜਿਹੜੇ ਚਿਹਰੇ ਹੈ ਉਹ ਇਕਜੁੱਟਤਾ ਦੀ, ਜਦ ਤੱਕ ਇਕਜੁੱਟਤਾ ਦੇ ਨਾਲ ਚੱਲਦੇ ਨਹੀਂ ਹੋ, ਜਾ ਕੇ ਗੁਰਦਾਸਪੁਰ 'ਚ ਜਾ ਕੇ ਕੈਂਪ ਲਗਾਉਣ, ਤਿੰਨੋਂ ਜਿਹੜੇ ਲੀਡਰ ਹੈਗੇ ਮੇਨ ਇਸ ਵੇਲੇ ਭਗਵੰਤ ਮਾਨ, ਸੁਖਪਾਲ ਖਹਿਰਾ ਅਤੇ HS ਫੁਲਕਾ, ਜਦ ਤੱਕ ਉਹ ਇਕਜੁੱਟਤਾ ਨਹੀਂ ਦਿਖਾਉਂਦੇ ਤਦ ਤੱਕ ਇਹ ਚੋਣ ਹੈ ਉਹਨਾਂ ਲਈ ਇੰਨੀ ਆਸਾਨ ਨਹੀਂ ਹੈਗੀ। ਕਿਉਂਕਿ ਇਹ ਆਮ ਤੌਰ 'ਤੇ ਇੱਕ ਪਰਸੈਪਸ਼ਨ ਬਣ ਗਈ ਹੈ ਆਮ ਆਦਮੀ ਪਾਰਟੀ 'ਚ ਕਿ ਹਰੇਕ ਦੇ ਚਿਹਰੇ ਜਿਹੜੇ ਅਲੱਗ ਅਲੱਗ ਹੋ ਗਏ ਆ, ਹਰੇਕ ਦੇ ਗੁੱਟਬਾਜ਼ੀ ਬੜੀ ਵੱਧ ਗਈ ਹੈ, ਅਤੇ ਸੈਂਟਰ ਦੀ ਲੀਡਰਸ਼ਿਪ ਜਿਹੜੀ ਹੈਗੀ ਆ ਉਹ ਤੋਂ ਜਿਹੜੀ ਇਸ ਗੱਲ ਤੋਂ ਕਿਤੇ ਭਗਵੰਤ ਮਾਨ ਨਾਲ ਨਾਰਾਜ਼ ਹੈ। ਕੋਈ ਗਰੁੱਪ ਜਿਹੜਾ ਉਹ HS ਫੁਲਕਾ ਨੂੰ ਨਹੀਂ ਵੇਖਣਾ ਪਸੰਦ ਕਰਦਾ ਅਤੇ ਕੋਈ ਸੁਖਪਾਲ ਖਹਿਰਾ ਨਾਲ ਨਹੀਂ ਚੱਲਦਾ, ਅਤੇ ਚਾਹੇ ਸੁਖਪਾਲ ਖਹਿਰਾ ਜਿਹੜੇ ਆ ਮਜ਼ਬੂਤ ਜਿਹੜੇ ਪੰਜਾਬ 'ਚ ਆਧਾਰ ਰੱਖਦੇ, ਆਪਣਾ ਇੱਕ ਅੱਛਾ ਵਕਤਾ ਹੈਗਾ, ਇਹਦੇ ਬਾਵਜੂਦ ਉਹਨਾਂ ਨੂੰ ਸਾਰਿਆਂ ਨੂੰ ਇਕਜੁੱਟਤਾ ਨਾਲ ਲੈ ਕੇ ਜਾਣਾ ਪਊਗਾ, ਫਿਰ ਹੀ ਕਿਤੇ ਗੁਰਦਾਸਪੁਰ ਦੀ ਜ਼ਿਮਨੀ ਚੋਣ ਵੱਲ ਨੂੰ ਅੱਗੇ ਉਹਨਾਂ ਦੀ ਜਿਹੜੀ ਮਜ਼ਬੂਤ ਉੱਤੇ ਪਕੜ ਜਿਹੜੀ ਹੈ ਹੋ ਸਕਦੀ ਹੈ। ਉਦੋਂ ਤੱਕ ਜਿਹੜਾ ਵਲੰਟੀਅਰ ਜਿਹੜਾ ਉੱਥੇ ਦਾ ਲੋਕਲ ਵਲੰਟੀਅਰ ਹੈਗਾ, ਉਹ ਵੀ ਜਿਹੜਾ ਸਟੇਟ ਦੇ ਲੀਡਰਸ਼ਿਪ ਵੱਲ ਹੀ ਦੇਖਦਾ ਪਿਆ। ਚਲੋ, ਲੋਕਲ ਵਲੰਟੀਅਰ ਵੀ ਸਟੇਟ ਦੀ ਲੀਡਰਸ਼ਿਪ ਵੱਲ ਦੇਖ ਰਿਹਾ ਕਿ ਇੱਥੋਂ ਉਮੀਦਵਾਰ ਕੌਣ ਹੋਏਗਾ। ਕਾਂਗਰਸ ਦੀ ਗੱਲ ਕਰ ਲਈਏ, ਚਰਚਾਵਾਂ ਇਹ ਵੀ ਚੱਲ ਰਹੀਆਂ ਨੇ ਕਾਂਗਰਸ ਕਿ ਸੁਨੀਲ ਜਾਖੜ ਨੂੰ ਵੀ ਉੱਥੋਂ ਉਤਾਰਿਆ ਜਾ ਸਕਦਾ, ਹਾਲਾਂਕਿ ਸੁਖਵੰਸ ਕੌਰ ਭਿੰਡਰ ਉੱਥੋਂ ਕਈ ਵਾਰੀ ਜਿਹੜੇ ਨੇ ਮੈਂਬਰ ਪਾਰਲੀਮੈਂਟ ਰਹੇ ਨੇ, ਔਰ ਪ੍ਰਤਾਪ ਸਿੰਘ ਬਾਜਵਾ ਇੱਕ ਵਾਰ ਜਿੱਤੇ ਨੇ, ਇੱਕ ਵਾਰ ਵਿਨੋਦ ਖੰਨਾ ਤੋਂ ਹਾਰੇ ਵੀ ਨੇ। ਕਵਿਤਾ ਖੰਨਾ BJP ਵੱਲੋਂ ਮਜ਼ਬੂਤ ਦਾਅਵੇਦਾਰ ਨੇ, ਉੱਥੇ ਸਲਾਰੀਆ ਸਾਹਿਬ ਨੇ BJP ਦੇ ਪੁਰਾਣੇ ਆਗੂ ਨੇ, ਉਹ ਵੀ ਦਾਅਵੇ ਦੇ ਵਿੱਚ ਨੇ। BJP ਅਤੇ ਕਾਂਗਰਸ 'ਚ ਤੁਹਾਨੂੰ ਕੀ ਲੱਗਦਾ ਹੈ, ਕਿਹੜੇ ਕਿਹੜੇ ਉਮੀਦਵਾਰ ਹੋ ਸਕਦੇ ਨੇ? ਕਿਉਂਕਿ ਸਾਰੇ ਵੱਡੇ ਆਗੂ ਨੇ ਜਿਹੜੇ BJP ਦੇ ਇਕੱਠੇ ਹੋ ਗਏ ਨੇ ਗੁਰਦਾਸਪੁਰ ਦੇ ਵਿੱਚ। ਕੁਝ ਦਿਨ ਪਹਿਲਾਂ ਵਿਜੇ ਸਾਂਪਲਾ ਨੇ ਸਾਰੇ ਜਿਹੜੇ ਉੱਥੇ ਵਿਧਾਨ ਸਭਾ ਹਲਕੇ ਹੈ ਉਹਨਾਂ ਦੇ ਪ੍ਰਭਾਰੀਆਂ ਦੇ ਨਾਲ ਵੀ ਮੀਟਿੰਗ ਕੀਤੀ ਹੈ ਔਰ ਜ਼ੋਨ ਇੰਚਾਰਜ ਵੀ ਉੱਥੇ ਜਿਹੜੇ ਥਾਪੇ ਗਏ ਨੇ। ਕਾਂਗਰਸ ਦੇ ਵਿੱਚ ਸੁਨੀਲ ਜਾਖੜ ਦਾ ਨਾਮ ਚੱਲ ਰਿਹਾ ਹੈ, ਕਾਂਗਰਸ ਦੇ ਵਿੱਚ, ਕਿਉਂਕਿ ਬਾਜਵਾ ਆਲਰੇਡੀ ਰਾਜ ਸਭਾ ਦੇ ਵਿੱਚ ਨੇ। ਕੀ ਤੁਹਾਨੂੰ ਲੱਗਦਾ ਹੈ ਕਿ ਪ੍ਰਤਾਪ ਬਾਜਵਾ ਜਾਂ ਸੁਨੀਲ ਜਾਖੜ 'ਚ ਉਮੀਦਵਾਰ ਕਾਂਗਰਸ ਉਤਾਰ ਸਕਦੀ ਹੈ? ਜਾਂ ਮੇਜਰ ਅਮਰਦੀਪ ਸਿੰਘ ਉਹਨਾਂ ਦਾ ਨਾਮ ਵੀ ਚੱਲ ਰਿਹਾ, ਕੈਪਟਨ ਅਮਰਿੰਦਰ ਦੇ ਬਹੁਤ ਨੇੜੇ ਨੇ, ਕੀ ਅਜਿਹੇ ਤਜਰਬੇ ਕਾਂਗਰਸ ਕਰ ਸਕਦੀ ਹੈ ਕਿ ਅਸੀਂ ਨਵਾਂ ਚਿਹਰਾ ਲਿਆਈਏ? ਸਭ ਤੋਂ ਪਹਿਲਾਂ ਤਾਂ ਇਹ ਹੈ ਵੀ ਗੁਰਦਾਸਪੁਰ ਦੀ ਜ਼ਿਮਨੀ ਚੋਣ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਉਸ ਹੀ ਵਿਅਕਤੀ ਨੂੰ ਚੋਣ ਮੈਦਾਨ 'ਚ ਉਤਾਰੂਗਾ ਜਿਹੜਾ ਕਿ ਉਹਨਾਂ ਦੇ ਆਪਣੇ ਖਾਸ ਹੋਣਗੇ, ਜਿਹੜਾ ਤਾਂ ਉਹਨਾਂ ਦੇ ਪਾਰਟੀ ਦਾ ਵਿਸ਼ਵਾਸ ਹੋਊਗਾ ਅਤੇ ਇੱਕ ਵੱਡਾ ਚਿਹਰਾ ਨਾਲ ਹੋਊਗਾ ਅਤੇ ਜਿਹਨਾਂ ਦੀ ਉੱਥੇ ਕਿਤੇ ਨਾ ਕਿਤੇ ਸਟੇਟ ਦੇ ਉੱਪਰ ਪਕੜ ਹੈ। ਅਤੇ ਕਿਉਂਕਿ ਇਹ ਜਿਹੜੀ ਚੋਣ ਹੈਗੀ ਹੈ ਇਹ ਇੱਕ ਜਿੱਤਣ ਲਈ ਚੋਣ ਲੜੀ ਜਾਣੀ ਹੈ, ਇੱਕ ਪ੍ਰਭਾਵ ਦੇਣਾ ਹੈ ਅਗਲੇ ਜਿਹੜੇ ਲੋਕਲ ਬੋਡੀ ਦੇ ਇਲੈਕਸ਼ਨ ਹੈ। ਇਸ ਕਰਕੇ ਜਿਹੜਾ ਸੁਖਪਾਲ ਜਿਹੜੇ ਆਪਣੇ ਸੁਨੀਲ ਜਾਖੜ ਹੈਗੇ ਆ, ਇਹ ਇਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਜਿਹੜਾ ਲੜੋ। ਜਦੋਂ ਗੁਰਦਾਸਪੁਰ ਜਾ ਰਹੇ ਸੀ ਦੋਨੋਂ ਜਣੇ ਇਕੱਠੇ ਹੋ ਗਏ, ਜਦੋਂ ਗੁਰਦਾਸਪੁਰ ਗਏ ਤਾਂ ਰਸਤੇ 'ਚ ਵੀ ਗੱਲ ਹੋਈ ਹੈ ਦੋਨਾਂ, ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਦੀ, ਇਸ ਮੁੱਦੇ 'ਤੇ। ਅਤੇ ਹਾਲਾਂਕਿ ਜਿਹੜਾ ਸੁਨੀਲ ਜਾਖੜ ਹੈ ਉਹ ਹਾਲੇ ਬਹੁਤਾ ਇੰਟਰਸਟ ਨਹੀਂ ਦਿਖਾ ਰਹੇ ਹੈਗੇ, ਲੇਕਿਨ ਜੇ ਸੁਨੀਲ ਜਾਖੜ ਉੱਥੇ ਲੜਦੇ ਆ ਤਾਂ ਵਾਕਈ ਇੱਕ ਚੋਣ ਜਿਹੜੀ ਹੈ ਕਾਫੀ ਹੋਊਗੀ। ਲੇਕਿਨ ਪ੍ਰਤਾਪ ਬਾਜਵਾ ਜਿਹੜੇ ਆ ਉਹਨਾਂ ਦਾ ਵੀ ਅੱਛਾ ਆਧਾਰ ਹੈ ਉੱਧਰ ਗੁਰਦਾਸਪੁਰ 'ਚ, ਕਿਉਂਕਿ ਹੁਣ ਉੱਥੇ ਜਿੱਤੇ ਵੀ ਹੋਏ ਆ। ਅਤੇ ਲੇਕਿਨ ਮੌਜੂਦਾ ਤੌਰ 'ਤੇ ਕੈਪਟਨ ਅਮਰਿੰਦਰ ਸਿੰਘ ਆਪਣੇ ਕਿਤੇ ਖਾਸ ਖਾਸ ਜਿਹੜੇ ਬੰਦੇ ਆ ਉਹਨਾਂ ਨੂੰ ਹੀ ਕਿਤੇ ਚੋਣ ਮੈਦਾਨ 'ਚ ਉਤਾਰੂਗੇ ਤਾਂ ਕਿ ਜਿਹੜੀ ਇਹ ਚੋਣ ਨੂੰ ਕਿਤੇ ਹਰ ਹਾਲਤ 'ਚ ਜਿੱਤਿਆ ਜਾਵੇ ਅਤੇ ਸੈਂਟਰ 'ਚ ਇਹੋ ਜਿਹੇ ਲੋਕ ਸਭਾ 'ਚ ਭੇਜਿਆ ਜਾਵੇ ਜਿਹੜਾ ਕਿ ਉਹਨਾਂ ਦੇ ਗੱਲ ਨੂੰ ਅੱਗੇ ਪਹੁੰਚਾਏ, ਸਹੀ ਢੰਗ ਨਾਲ ਪਹੁੰਚਾਵੇ। ਸੁਨੀਲ ਜਾਖੜ ਨੂੰ ਉਤਾਰਨ ਪਿੱਛੇ ਕਾਂਗਰਸ ਦੀ ਸੋਚ ਕੀ ਹੋ ਸਕਦੀ? ਸੁਨੀਲ ਜਾਖੜ ਇੱਕ ਕੈਪਟਨ ਦੇ ਹੀ ਜਿਹੜੇ ਰਾਈਟ ਹੈਂਡ ਮੰਨੇ ਜਾਂਦੇ ਆ ਅਤੇ ਕੋ ਅੱਛੇ ਪ੍ਰਭਾਵੀ ਨੇਤਾ ਵੀ ਹੈਗੇ ਆ, ਉਹਨਾਂ ਦੀ ਆਪਣੀ ਜਿਹੜੀ ਛਵੀ ਵੀ ਜਿਹੜੀ ਲੋਕਾਂ ਦੇ ਵਿੱਚ ਚੰਗੀ ਹੈਗੀ ਹੈ। ਅਤੇ ਉਹਨਾਂ ਨੇ ਦੇਖੋ ਸੁਨੀਲ ਜਾਖੜ ਵਿਧਾਨ ਸਭਾ ਦੀ ਚੋਣ ਹਾਰੇ, ਉਸ ਤੋਂ ਪਹਿਲਾਂ ਪਾਰਲੀਮੈਂਟ ਦੀ ਚੋਣ ਵੀ ਹਾਰੇ, ਕੋਈ ਸ਼ੱਕ ਨਹੀਂ ਵਿਰੋਧੀ ਧਿਰ ਦੇ ਆਗੂ ਦੇ ਤੌਰ 'ਤੇ ਕਾਂਗਰਸ 'ਚ ਸੁਨੀਲ ਜਾਖੜ ਮਜ਼ਬੂਤ ਲੀਡਰ ਸੀਗੇ, ਹੁਣ ਵੀ ਸੁਨੀਲ ਜਾਖੜ ਕਾਂਗਰਸ 'ਚ ਮਜ਼ਬੂਤ ਆਗੂ ਨੇ, ਪਰ ਉਹ 2 ਚੋਣਾਂ ਲਗਾਤਾਰ ਹਾਰੇ ਨੇ। ਇਸ ਤੋਂ ਇਲਾਵਾ ਗੁਰਦਾਸਪੁਰ ਦਾ ਹਲਕਾ ਉਹਨਾਂ ਲਈ ਨਵਾਂ ਹੋਏਗਾ, ਠੀਕ ਹੈ, ਇਹ ਸੋਚ ਹੋ ਸਕਦੀ ਹੈ ਕਾਂਗਰਸ ਦੀ ਕਿ ਅਸੀਂ ਵਿਨੋਦ ਖੰਨਾ ਹਿੰਦੂ ਸੀਟ, ਉੱਥੇ ਜ਼ਿਆਦਾ ਹਿੰਦੂ ਭਾਈਚਾਰੇ ਦੇ ਵੋਟਰ ਨੇ, ਜਾਂ ਮੰਨਿਆ ਜਾਂਦਾ ਹੈ ਕਿ ਉੱਥੇ BJP ਦਾ ਪ੍ਰਭਾਵ ਜ਼ਿਆਦਾ, ਇਸ ਕਰਕੇ ਅਸੀਂ ਹਿੰਦੂ ਚਿਹਰਾ ਉੱਥੇ ਉਤਾਰ ਦਈਏ। ਪਰ ਸੁਨੀਲ ਜਾਖੜ ਤੋਂ ਇਲਾਵਾ ਜੇ ਹੋਰ ਚਿਹਰਿਆਂ 'ਤੇ ਕਾਂਗਰਸ ਵਿਚਾਰ ਕਰੇਗੀ ਤਾਂ ਉਹਦੇ ਪਿੱਛੇ ਕੀ ਕਾਰਨ ਹੈ? ਕਿਉਂਕਿ ਪ੍ਰਤਾਪ ਬਾਜਵਾ ਵੀ ਪਹਿਲਾਂ ਉੱਥੋਂ ਜਿੱਤਦੇ ਰਹੇ ਨੇ, ਸੁਖਵੰਸ਼ ਕੌਰ ਭਿੰਡਰ ਵੀ ਉੱਥੋਂ 5 ਵਾਰ ਉੱਥੋਂ, 4-5 ਵਾਰ ਸੁਖਵੰਸ਼ ਕੌਰ ਭਿੰਡਰ ਵੀ ਉੱਥੋਂ ਜਿੱਤੇ ਨੇ, ਇਹ ਸੁਨੀਲ ਜਾਖੜ 'ਤੇ ਦਾਅ ਕਾਂਗਰਸ ਕਿਉਂ ਖੇਡੇਗੀ? ਸੁਨੀਲ ਜਾਖੜ ਦੇ ਬਾਰੇ ਇਹ ਕਿਹਾ ਜਾਂਦਾ ਕਿ ਉਹ ਇੱਕ ਗੁੱਟ
ਪੰਜਾਬ ਦੀ ਜਿਹੜੀ ਕਾਂਗਰਸ ਪਾਰਟੀ ਹੈ ਇਹ ਇਸ ਤਰ੍ਹਾਂ ਉਹਨਾਂ ਨੂੰ ਅਸੀਂ ਵੀ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਕਿਸੇ ਹੋਰ ਨੂੰ ਦਿੱਤਾ ਜਾਊਗਾ ਕਿ ਚਾਹੇ ਪੱਠਲ ਹੈ ਚਾਹੇ ਦੂਲੂ ਹੈ ਜਾਂ ਹੋਰ ਜਿਹੜੇ ਨਾਮ ਹੈਗੇ ਆ ਪੰਜਾਬ ਦੇ ਕੱਦਵਰ ਨੇਤਾ ਉਹਨਾਂ ਨੂੰ ਦਿੱਤੀ ਜਾਊਗੀ ਅਤੇ ਗੁੱਟਬਾਜ਼ੀਆਂ 'ਚ ਹੋਜੂਗੀ। ਸੁਨੀਲ ਜਾਖੜ ਤੋਂ ਬਾਅਦ ਇਸ ਤਰ੍ਹਾਂ ਹੋਇਆ ਕਿ ਇਹ ਜਿਹੜੀ ਇਕਜੁੱਟਤਾ ਇਹ ਹੈ ਉਸੇ ਤਰ੍ਹਾਂ ਹੀ ਰਹੀ ਹੈ ਜਿਸ ਤਰ੍ਹਾਂ ਕਿ ਕੈਪਟਨ ਅਮਰਿੰਦਰ ਸਿੰਘ ਵੱਲੇ ਸੀਗੀ। ਅਤੇ ਸੁਨੀਲ ਜਾਖੜ ਇੱਕ ਹਿੰਦੂ ਚਿਹਰਾ ਹੈ ਅਤੇ ਚਾਹੇ ਪਿਛਲੇ ਟਾਈਮ ਦੇ ਵਿੱਚ ਸੁਖਵੰਤਸੌਰ ਭਿੰਡਰ ਚਾਹੇ ਆਪਣੇ ਪ੍ਰਤਾਪ ਬਾਜਵਾ ਜਿੱਤਦੇ ਰਹੇ ਆ, ਲੇਕਿਨ ਵਿਨੋਦ ਖੰਨਾ ਤੋਂ ਜਿੱਤ ਤੋਂ ਬਾਅਦ ਇਹ ਆਇਆ ਵੀ ਇੱਥੇ ਜਿਹੜਾ ਇੱਕ ਹਿੰਦੂ ਚਿਹਰਾ ਜਿਹੜਾ ਖਾਸ ਮਜ਼ਬੂਤ ਅਤੇ ਜਿੱਤ ਸਕਦਾ ਹੈ। ਅਤੇ ਪੰਜਾਬ ਦੇ 'ਚ ਇਸ ਵੇਲੇ ਸੁਨੀਲ ਜਾਖੜ ਇੱਕ ਹਿੰਦੂ ਚਿਹਰੇ ਦੇ ਕਾਂਗਰਸ ਦੇ ਵਿੱਚ ਇੱਕ ਵੱਡਾ ਚਿਹਰਾ ਨਜ਼ਰ ਆ ਰਿਹਾ ਜਿਹੜਾ ਕਿ ਜਿੱਤ ਵੱਲ ਨੂੰ ਉਹਨਾਂ ਨੂੰ ਜਿੱਤ ਦਿਲਵਾ ਸਕਦਾ ਕਾਂਗਰਸ ਨੂੰ। ਜੀ ਜੀ, ਅਤੇ ਬੀਜੇਪੀ ਦੇ ਵਿੱਚ ਇਸ ਵਕਤ ਕੀ ਸੰਭਾਵਨਾ ਲੱਗਦੀ ਹੈ? ਕਿਉਂਕਿ ਕਵਿਤਾ ਖੰਨਾ ਹੁਣੀ ਬਹੁਤ ਸਰਗਰਮ ਨੇ, ਵਿਨੋਦ ਖੰਨਾ 4 ਵਾਰ ਉੱਥੋਂ ਐਮ ਪੀ ਰਹੇ ਨੇ, ਬਹੁਤ ਸਾਰੇ ਪੁਲਾਂ ਦਾ ਵਿਨੋਦ ਖੰਨੇ ਨੇ ਨਿਰਮਾਣ ਕੀਤਾ, ਹਾਲਾਂਕਿ ਇੱਕ ਵਾਰ ਵਿਨੋਦ ਖੰਨੇ ਦੀ ਗੁੰਮਸ਼ਦਗੀ ਦੇ ਪੋਸਟਰ ਵੀ ਲੱਗ ਗਏ ਸਨ, ਪਰ ਇਸ ਦੇ ਬਾਵਜੂਦ ਕਵਿਤਾ ਖੰਨਾ ਸਰਗਰਮ ਰਹੇ ਨੇ, ਵਿਨੋਦ ਖੰਨਾ ਦਾ ਦਫ਼ਤਰ ਵੀ ਉੱਥੇ ਹੈ। ਬੀਜੇਪੀ ਕੀ ਕਵਿਤਾ ਖੰਨਾ ਨੂੰ ਟਿਕਟ ਦੇ ਸਕਦੀ ਹੈ ਜਾਂ ਸਲਾਰੀਆ ਸਾਹਿਬ ਨੂੰ ਟਿਕਟ ਦੇ ਸਕਦੀ ਹੈ, ਜਾਂ ਬੀਜੇਪੀ ਵੀ ਇਸ ਵਾਰ ਕੋਈ ਨਵਾਂ ਚਿਹਰਾ ਉੱਥੇ ਉਤਾਰ ਸਕਦੀ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਐਂਟੀ ਇਨਕੰਬੰਸੀ ਕੇਂਦਰ ਦੀ ਸਰਕਾਰ ਵੀ ਨਾ ਰਹੇ? ਦੇਖੋ, ਇਸ ਵੇਲੇ ਜੇ ਆਪਾਂ ਸਥਿਤੀ ਦੇਖੀਏ ਵੀ ਕਵਿਤਾ ਖੰਨਾ ਜਿਹੜੇ ਵਿਨੋਦ ਖੰਨਾ ਦੇ ਧਰਮ ਪਤਨੀ ਹੈ ਉਹਨਾਂ ਦੀ ਉਹਨਾਂ ਨੇ ਉੱਥੇ ਕੈਂਪ ਹੀ ਲਗਾਇਆ ਉਸ ਜਦ ਦੇ ਵਿਨੋਦ ਖੰਨਾ ਦੇ ਡੈਥ ਤੋਂ ਬਾਅਦ ਕਿ ਲਗਾਤਾਰ ਉਸ ਚੋਣ ਹਲਕੇ ਦੇ ਵਿੱਚ ਕਵਿਤਾ ਖੰਨਾ ਸਕ੍ਰਿਯ ਰਹੇ ਆ। ਅਤੇ ਜੇ ਆਪਾਂ ਗੁਰਦਾਸਪੁਰ ਦੇ ਵੋਟਰਾਂ ਦੀ ਗੱਲ ਕਰੀਏ ਤਾਂ ਉਹਨਾਂ 'ਤੇ ਵੀ ਜਿਹੜਾ ਖੰਨਾ ਫੈਮਿਲੀ ਦਾ ਬੜਾ ਪ੍ਰਭਾਵ ਹੈ, ਕਵਿਤਾ ਖੰਨਾ ਨੂੰ ਵੀ ਉਸੇ ਤਰ੍ਹਾਂ ਦੇਖਦੇ ਆ ਜਿਸ ਤਰ੍ਹਾਂ ਉਹ ਵਿਨੋਦ ਖੰਨਾ ਨੂੰ ਦੇਖਦੇ ਸੀਗੇ। ਅਤੇ ਸੈਂਟਰ ਲੀਡਰਸ਼ਿਪ ਵੀ ਜਦੋਂ ਪਿਛਲੇ ਜਦੋਂ ਅੰਤਿਮ ਅਰਦਾਸ ਵਿਨੋਦ ਖੰਨਾ ਦੀ ਹੋਈ ਹੈ ਸਾਰੀ ਸੈਂਟਰ ਲੀਡਰਸ਼ਿਪ ਵੀ ਉੱਥੇ ਮੌਜੂਦ ਸੀਗੀ, ਚਾਹੇ ਉੱਥੇ ਰਾਜਨੀਤਿਕ ਤੌਰ 'ਤੇ ਕੋਈ ਗੱਲ ਨਹੀਂ ਹੋਈ, ਲੇਕਿਨ ਇਹੀ ਸੰਕੇਤ ਗਏ ਸੀਗੇ ਵੀ ਕਵਿਤਾ ਖੰਨਾ ਨੂੰ ਹੀ ਜਿਹੜਾ ਉੱਥੇ ਉਤਾਰਿਆ ਜਾਵੇ। ਹਾਲਾਂਕਿ ਉੱਥੇ ਬੀਜੇਪੀ ਦੇ ਦੂਜੇ ਆਗੂ ਵੀ ਸਰਗਰਮ ਹੈਗੇ ਆ, ਲੇਕਿਨ ਜਿਹੜੀ ਸੈਂਟਰ ਦੀ ਲੀਡਰਸ਼ਿਪ ਦੇ ਸੰਕੇਤ ਹੈ ਉਹੀ ਕਵਿਤਾ ਖੰਨਾ ਵੱਲ ਨੂੰ ਜਾ ਰਿਹਾ, ਲੇਕਿਨ ਸਟੇਟ ਲੀਡਰਸ਼ਿਪ ਕਿਤੇ ਨਾ ਕਿਤੇ ਚਾਹੁੰਦੀ ਹੈ ਵੀ ਇੱਥੇ ਪੰਜਾਬ ਦਾ ਹੀ ਉਮੀਦਵਾਰ। ਮੈਨੂੰ ਇਹ ਵੀ ਵਿੱਚ ਖਿਆਲ ਆ ਰਹੇ ਸੀ ਕਿ ਅਵਿਨਾਸ਼ ਰਾਏ ਖੰਨਾ ਦੇ ਨਾਂ 'ਤੇ ਵੀ ਦਾਅ ਖੇਡਿਆ ਜਾ ਸਕਦਾ ਹੈ, ਕਿਉਂਕਿ ਅਵਿਨਾਸ਼ ਰਾਏ ਖੰਨਾ ਭਾਵੇਂ ਰਾਜ ਸਭਾ ਦੇ ਮੈਂਬਰ ਨੇ, ਲੋਕ ਸਭਾ ਦੀ ਚੋਣ ਅਵਿਨਾਸ਼ ਰਾਏ ਖੰਨੇ ਨੂੰ ਵੀ ਲੜਾਈ ਜਾ ਸਕਦੀ ਹੈ, ਕਿਉਂਕਿ ਅਵਿਨਾਸ਼ ਰਾਏ ਖੰਨਾ ਵੀ ਬੀਜੇਪੀ ਦੇ ਇੱਕ ਆਮ ਆਦਮੀ ਨੇ। ਸੋ ਅਵਿਨਾਸ਼ ਰਾਏ ਖੰਨਾ ਜਦੋਂ ਬੀਜੇਪੀ ਦੇ ਪ੍ਰਧਾਨ ਸੀ ਉਦੋਂ ਹੀ 2007 ਦੇ ਵਿੱਚ ਸਰਕਾਰ ਅਕਾਲੀ ਦਲ ਅਤੇ ਬੀਜੇਪੀ ਦੀ ਮਿਲ ਕੇ ਬਣੀ ਸੀ। ਸੋ ਗੌਤਮ ਜੀ, ਬਹੁਤ ਬਹੁਤ ਧੰਨਵਾਦ, ਆਉਣ ਵਾਲੇ ਦਿਨਾਂ ਦੇ ਵਿੱਚ ਸਾਡੀ ਸਾਰਿਆਂ ਦੀ ਨਜ਼ਰ ਰਹੂਗੀ ਕਿ ਗੁਰਦਾਸਪੁਰ ਦੇ ਵਿੱਚ ਬੀਜੇਪੀ ਦਾ ਉਮੀਦਵਾਰ ਕੌਣ ਰਹੇਗਾ, ਕਾਂਗਰਸ ਦਾ ਉਮੀਦਵਾਰ ਕੌਣ ਰਹੇਗਾ, ਆਮ ਆਦਮੀ ਪਾਰਟੀ ਦਾ ਉਮੀਦਵਾਰ ਕੌਣ ਰਹੇਗਾ, ਕੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਕਾਰਗੁਜ਼ਾਰੀ ਨਤੀਜਾ ਕੱਢੇਗੀ, ਕੀ ਨਰਿੰਦਰ ਮੋਦੀ ਦੀ ਸਰਕਾਰ ਦੀ ਕਾਰਗੁਜ਼ਾਰੀ ਨਤੀਜਾ ਕੱਢੇਗੀ, ਜਾਂ ਆਮ ਆਦਮੀ ਪਾਰਟੀ ਕਾਮਯਾਬ ਰਹੇਗੀ ਆਪਣਾ ਪ੍ਰਭਾਵ ਮੁੜ ਤੋਂ ਲੋਕ ਸਭਾ ਦੇ ਵਿੱਚ ਪੰਜਾਬ ਦੇ ਜ਼ਰੀਏ ਦਰਜ ਕਰਾਉਣ ਦੇ ਵਿੱਚ। ਇਹ ਸਾਰੇ ਮੁੱਦੇ 'ਤੇ ਅਸੀਂ ਨਜ਼ਰਸਾਨੀ ਕਰਾਂਗੇ। ਅਕਤੂਬਰ ਤੱਕ ਇਸ ਸੀਟ ਦਾ ਜਿਹੜਾ ਫੈਸਲਾ ਹੋ ਜਾਣਾ, ਹਰ ਹਾਲ ਤੱਕ ਅਕਤੂਬਰ ਤੱਕ ਇਹ ਸੀਟ ਹੈ ਜਿਹੜੀ ਇਹ ਭਰੀ ਜਾਣੀ ਹੈ। ਸੋ ਇਸ ਵਕਤ ਇਸੇ ਮੁੱਦੇ 'ਤੇ ਪੰਜਾਬ 'ਚ ਸਿਆਸਤ ਗਰਮ ਹੈ। ਸੋ ਮੁੱਦੇ ਦੀ ਗੱਲ ਦੇ ਵਿੱਚ ਆਉਂਦੇ ਦਿਨਾਂ ਦੇ ਵਿੱਚ ਵੀ ਅਸੀਂ ਸਾਰੇ ਰਾਜਸੀ ਅਤੇ ਸਮਾਜਿਕ ਮੁੱਦਿਆਂ 'ਤੇ ਗੱਲਬਾਤ ਜਾਰੀ ਰੱਖਾਂਗੇ। ਇੱਕ ਵਾਰ ਮੁੜ ਤੋਂ ਗੌਤਮ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਆਉਂਦੇ ਦਿਨਾਂ ਦੇ ਵਿੱਚ ਫਿਰ ਮੁਲਾਕਾਤ ਹੋਏਗੀ। ਧੰਨਵਾਦ।